ਸੀ ਟੈਕ ਦਿਓ SSV ਐਂਟਰਟੇਨਮੈਂਟ ਤੁਹਾਡਾ ਆਪਣਾ ਚੈਨਲ ਲਓ ਜੀ ਦੋਸਤੋ ਅੱਜ ਫਿਰ ਆਪਾਂ ਪਿੰਡ ਤਲਵਨ ਜ਼ਿਲ੍ਹਾ ਜਲੰਧਰ ਜੀ ਆ ਗਏ ਆ ਤੁਹਾਡੇ ਲਈ ਹੋਰ ਜਾਣਕਾਰੀਆਂ ਇਕੱਠੀਆਂ ਕਰਨ ਪਰ ਮੈਂ ਪਹਿਲਾਂ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਤਲਵਣ ਪਿੰਡ ਦੇ ਪਹਿਲੇ ਦੋਵਾਂ ਭਾਗਾਂ ਨੂੰ ਦੇਖਿਆ ਤੇ ਪਸੰਦ ਕੀਤਾ ਤੇ ਅੱਜ ਦਾ ਤੀਜਾ ਭਾਗ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਯਾਦ ਦਿਵਾ ਦੇਣਾ ਕਿ ਤੁਸੀਂ ਤਿੰਨਾ ਭਾਗਾਂ ਨੂੰ ਚੰਗੀ ਤਰ੍ਹਾਂ ਦੇਖ ਲਿਓ ਜੇ ਤੁਹਾਨੂੰ ਇਹਨਾਂ 'ਚ ਪਿੰਡ ਦੀ ਕੋਈ ਸਾਂਝੀ ਤਾਂ ਨਾ ਦੀ ਸੀ ਤਾਂ ਸਾਨੂੰ ਕਮੈਂਟ ਕਰਕੇ ਜਾਂ ਫਿਰ ਸੁਖਦੀਪ ਸਿੰਘ ਲੀਹਾਂ ਵਾਲੇ ਵੀਰ ਨੂੰ ਆਹ ਫੋਨ ਤੇ ਗੱਲ ਕਰਕੇ ਜ਼ਰੂਰ ਦੱਸ ਦਿਓ ਫਿਰ ਆਪਾਂ ਉਹ ਸਾਰੀਆਂ ਜਾਣਕਾਰੀਆਂ ਅਗਲੇ ਸ਼ੁੱਕਰਵਾਰ ਨੂੰ ਤਲਵਣ ਪਿੰਡ ਦੇ ਚੌਥੇ ਭਾਗ 'ਚ ਜ਼ਰੂਰ ਸ਼ਾਮਲ ਕਰਾਂਗੇ ਚਲੋ ਫਿਰ ਹੁਣ ਆਪਾਂ ਸ਼ੁਰੂ ਕਰਦੇ ਆਂ ਪਿੰਡ ਤਲਵੰਡਾ ਦਾ ਭਾਗ ਤੀਜਾ ਦੋਸਤੋ ਅੱਜ ਤੁਹਾਨੂੰ ਸਭ ਤੋਂ ਪਹਿਲਾਂ ਤਲਵੰਡਾ ਪਿੰਡ 'ਚ ਆਹਾ ਇੱਕ ਬਹੁਤ ਹੀ ਪੁਰਾਣਾ ਹਿੰਦੂ ਮੰਦਿਰ ਦਿਖਾਉਨੇ ਆਂ ਪਰ ਅਸੀਂ ਇਸ ਮੰਦਿਰ ਦੇ ਅੰਦਰ ਤਾਂ ਨਹੀਂ ਜਾ ਸਕੇ ਕਿਉਂਕਿ ਹੁਣ ਇਹਨੂੰ ਬੰਦ ਕੀਤਾ ਹੋਇਆ ਪਰ ਹੈ ਇਹ ਮੰਦਿਰ ਬਹੁਤ ਪੁਰਾਣਾ ਇਦਾਂ ਹੀ ਆ ਵੀ ਪਿੰਡ ਦਾ ਇੱਕ ਹੋਰ ਬਹੁਤ ਪੁਰਾਣਾ ਮੰਦਿਰ ਆ ਇਸ ਮੰਦਿਰ ਦਾ ਨਾਮ ਹੈ ਵਿਜੇ ਮੰਦਿਰ ਪਰ ਹੁਣ ਸਾਰੀਆਂ ਹੀ ਮੂਰਤੀਆਂ ਇਸ ਬਿਲਡਿੰਗ ਦੇ ਅੰਦਰ ਰੱਖੀਆਂ ਹੋਈਆਂ ਇੱਥੇ ਸਾਨੂੰ ਸ਼੍ਰੀ ਗਜਾਧਰ ਪ੍ਰਸਾਦ ਮਿਸ਼ਰਾ ਜੀ ਮਿਲੇ ਉਹ ਕਹਿੰਦੇ ਇਸ ਮੰਦਿਰ 'ਚ ਪਿੰਡ ਦੇ ਬਹੁਤ ਲੋਕੀ ਮੱਥਾ ਟੇਕਣ ਆਉਂਦੇ ਨੇ ਤੇ ਇਹ ਪਿੰਡ ਦੇ ਰਣਜੀਤਪੁਰਾ ਮੁਹੱਲੇ 'ਚ ਆ ਫਿਰ ਦੋਸਤੋ ਪਿੰਡ ਤਲਵੰਡ ਦੇ ਮਹਿਲਾ ਮੰਡਲ ਦੇ ਦਫ਼ਤਰ ਕੋਲ ਆ ਪੀਰ ਬਾਬਾ ਰਹਿਮਤਉਦੀਨ ਸ਼ਾਹ ਜੀ ਦੀ ਦਰਗਾਹ ਬਣੀ ਹੋਈ ਆ ਇਸ ਜਗ੍ਹਾ ਦੀ ਵੀ ਪਿੰਡ 'ਚ ਕਾਫੀ ਮਹਾਨਤਾ ਇੱਥੇ ਮੱਖਣ ਸਿੰਘ ਜੀ ਪਿਛਲੇ 30-31 ਸਾਲਾਂ ਤੋਂ ਸੇਵਾ ਨਿਭਾ ਰਹੇ ਨੇ ਤੇ ਇਹ ਪਹਿਲਾਂ ਪੰਜਾਬ ਪੁਲਿਸ 'ਚ ਨੌਕਰੀ ਕਰਦੇ ਹੁੰਦੇ ਸੀ ਪਰ ਹੁਣ ਤਾਂ ਰਿਟਾਇਰ ਹੋ ਚੁੱਕੇ ਨੇ ਧੰਨਵਾਦ ਮਕਰਨ ਸਿੰਘ ਜੀ ਫਿਰ ਦੋਸਤੋ ਇਸ ਪਿੰਡ ਦੀ ਟੈਂਕੀ ਕੋਲੇ ਪਸ਼ੂਆਂ ਦਾ ਹਸਪਤਾਲ ਵੀ ਬਣਿਆ ਹੋਇਆ ਇਹਨੂੰ ਕਈ ਡੰਗਰਾਂ ਦਾ ਹਸਪਤਾਲ ਜਾਂ ਫਿਰ ਕਈ ਸਲੋਟਰਖਾਨਾ ਵੀ ਕਹਿ ਦਿੰਦੇ ਆ ਇੱਥੇ ਵੀ ਵਧੀਆ ਦਰਖਤਾਂ ਦੀ ਛਾਂ ਤੇ ਛਾਂ ਥੱਲੇ ਦੁਪਹਿਰੇ ਤਾਂਛ ਦੀ ਬਾਜੀ ਵੀ ਚੱਲ ਰਹੀ ਸੀ ਦੋਸਤੋ ਪਸ਼ੂਆਂ ਦੇ ਹਸਪਤਾਲ ਦਾ ਵੀ ਪਿੰਡ ਦੇ ਪਸ਼ੂ ਰੱਖਣ ਵਾਲੇ ਪਰਿਵਾਰਾਂ ਨੂੰ ਬਹੁਤ ਸੌਖਾ ਤੇ ਆਹ ਹੈ ਜੀ ਪਿੰਡ ਤਲਵਣ ਚ ਸ੍ਰੀ ਗਣਪਤੀ ਭੋਲੇ ਦੁਰਗਾ ਮੰਦਿਰ ਜੋਸ਼ੀਆਂ ਇਹ ਮੰਦਿਰ ਵੀ ਬਹੁਤ ਸੋਹਣਾ ਤੇ ਸਾਫ਼ ਸੁਥਰਾ ਬਣਾਇਆ ਹੋਇਆ ਤੇ ਵਰਤਾਂ ਵੇਲੇ ਤੇ ਦਿਵਾਲੀ ਵੇਲੇ ਨੂੰ ਇੱਥੇ ਬਹੁਤ ਰੌਣਕਾਂ ਹੁੰਦੀਆਂ ਫਿਰ ਆਹ ਹੈ ਜੀ ਪਿੰਡ ਦੇ ਕਿਸਾਨਾਂ ਦੀ ਮਦਦ ਕਰਨ ਲਈ ਤੇ ਉਹਨਾਂ ਨੂੰ ਜਾਗਰੂਕ ਰੱਖਣ ਲਈ ਖੇਤੀਬਾੜੀ ਸਹਿਕਾਰੀ ਸਭਾ ਪਰ ਦੇਸੀ ਭਾਸ਼ਾ 'ਚ ਇਹਨੂੰ ਆਪਾਂ ਸੋਸਾਇਟੀ ਕਹਿ ਦਿੰਨੇ ਆ ਇਹ ਵੀ ਵਧੀਆ ਬਣਾ ਕੇ ਰੱਖੀ ਹੋਈ ਆ ਤੇ ਇਹ ਸੋਸਾਇਟੀ ਫਲੋਰ ਨੂੰ ਜਾਣ ਵਾਲੀ ਸੜਕ ਤੇ ਆ ਮੈਨੂੰ ਲੱਗਦਾ ਦੋਸਤੋ ਅੱਜ ਬਾਬਾ ਗਰਮੀ ਆ ਜੇ ਤੁਹਾਨੂੰ ਸੱਚੀ ਗਰਮੀ ਲੱਗਦੀ ਆ ਤਾਂ ਆਪਾਂ ਤੁਹਾਨੂੰ ਕਟਾਰੀਆ ਦਾਣੇਦਾਰ ਸ਼ਕੰਜਮੀ ਦੀ ਦੁਕਾਨ ਦਿਖਾ ਦਿੰਨੇ ਆ ਇਹ ਅਜੇ ਵੀਰ ਦੀ ਦੁਕਾਨ ਆ ਕਹਿੰਦੇ ਇਹ ਗੋਲੀ ਵਾਲਾ ਬੱਤਾ ਪਾ ਕੇ ਬਹੁਤ ਹੀ ਵਧੀਆ ਸ਼ਕੰਜਵੀਂ ਬਣਾਉਂਦਾ ਕਹਿੰਦੇ ਉਹ ਤਾਂ ਉਹੀ ਕਈ ਵਾਰ ਜੇਬ 'ਚ ਪੈਸੇ ਘੱਟ ਹੁੰਦੇ ਆ ਨਹੀਂ ਤਾਂ ਬੰਦਾ 4-5 ਗਲਾਸ ਤਾਂ ਰਾਮ ਨਾਲੀ ਪੀ ਸਕਦਾ ਸੱਚੀ ਯਾਰ ਗੋਲੀ ਵਾਲਾ ਬਤਾ ਪੀਣ ਨੂੰ ਜੀ ਕਰਿਆ ਆ ਆਪਾਂ ਇਸ ਗੱਲ ਨੂੰ ਇੱਥੇ ਹੀ ਛੱਡ ਕੇ ਗਾਂਹ ਚੱਲਦੇ ਆ ਤੇ ਤੁਹਾਨੂੰ ਪਿੰਡ ਤਲਵਣ 'ਚ ਰਹਿਣ ਵਾਲੇ ਵੈਜ ਗੋਤ ਨਾਲ ਸੰਬੰਧਿਤ ਪਰਿਵਾਰਾਂ ਦੇ ਜਠੇਰੇ ਦਿਖਾਉਨੇ ਆ ਇੱਥੇ ਬਹੁਤ ਹੀ ਵਧੀਆ ਬਾਗਲਾ ਮਾਰ ਕੇ ਵਧੀਆ ਦਰਖਤ ਲਾਏ ਹੋਏ ਨੇ ਤੇ ਕਹਿੰਦੇ ਇੱਥੇ ਹਰ ਸਾਲ 14 ਚੇਤ ਨੂੰ ਮੇਲਾ ਵੀ ਕਰਾਇਆ ਜਾਂਦਾ ਵਧੀਆ ਬਣਾਏ ਹੋਇਆ ਇਹ ਜਠੇਰੇ ਤੇ ਤਲਵਣ ਪਿੰਡ ਤੋਂ ਜਿਹੜਾ ਰਾਹ ਬਲਗਿ ਕੀ ਨੂੰ ਜਾਂਦਾ ਉਹਦੇ ਖੁੰਝੇ ਤੇ ਆਹ ਸ਼ਹੀਦਾਂ ਦੀ ਜਗ੍ਹਾ ਵੀ ਬਣਾਈ ਹੋਈ ਆ ਇੱਥੇ ਵੀ ਦਸਵੀਂ ਨੂੰ ਕਈ ਪਰਿਵਾਰ ਆ ਕੇ ਮੱਥਾ ਟੇਕਦੇ ਨੇ ਪਰ ਇਸ ਜਗ੍ਹਾ ਦਾ ਨਾਂ ਨਹੀਂ ਸਾਨੂੰ ਪਤਾ ਲੱਗ ਸਕਿਆ ਜੇ ਕੋਈ ਜਾਣਦਾ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਚਲੋ ਹੁਣ ਤੁਹਾਨੂੰ ਦਿਖਾਉਨੇ ਆ ਪਿੰਡ ਦੀ ਵੇਰਕਾ ਦੁੱਧ ਦੀ ਡੇਰੀ ਤੇ ਇਸੇ ਡੇਰੀ ਕੋਲ ਹੀ ਆ ਇੱਕ ਕਿਸੇ ਪੀਰ ਫਕੀਰ ਦੀ ਦਰਗਾਹ ਵੀ ਬਣਾਈ ਹੋਈ ਆ ਦੇ ਨਾਂ ਤਾਂ ਸਾਨੂੰ ਇਸ ਜਗ੍ਹਾ ਦਾ ਵੀ ਨਹੀਂ ਪਤਾ ਲੱਗ ਸਕਿਆ ਪਰ ਜਗ੍ਹਾ ਬਣਾਈ ਬਹੁਤ ਵਧੀਆ ਹੋਈ ਆ ਫਿਰ ਦੋਸਤੋ ਆ ਤਲਵੰਡ ਪਿੰਡ ਚ ਬਾਬਾ ਨੰਮ ਵਾਲੀ ਸਰਕਾਰ ਦਾ ਬਹੁਤ ਹੀ ਸੋਹਣਾ ਡੇਰਾ ਬਣਿਆ ਹੋਇਆ ਇਹ ਪਿੰਡ ਦੇ ਉੱਚੀਆਂ ਹਵੇਲੀਆਂ ਗੁਰਦੁਆਰਾ ਸਾਹਿਬ ਕੋਲੇ ਆ ਇੱਥੇ ਵੀ ਹਰ ਸਾਲ ਬਹੁਤ ਵੱਡਾ ਮੇਲਾ ਕਰਾਇਆ ਜਾਂਦਾ ਬਾਕੀ ਤੁਸੀਂ ਆਪ ਹੀ ਦੇਖੋ ਅੰਦਰੋਂ ਇਹ ਦਰਬਾਰ ਕਿੰਨਾ ਵਧੀਆ ਬਣਾਇਆ ਹੋਇਆ ਤੇ ਕਹਿੰਦੇ ਇੱਥੇ ਵੀ ਲੋਕ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੇ ਨੇ ਤੇ ਇੱਥੇ ਬਾਬਾ ਸੈਦ ਅਕਬਰ ਅਲੀ ਕਾਦਰੀ ਜੀ ਦਾ ਨਾਂ ਵੀ ਲਿਖਿਆ ਹੋਇਆ ਮਿਲਿਆ ਸ਼ਾਇਦ ਇਹ ਨਾ ਨੰਮ ਵਾਲੀ ਸਰਕਾਰ ਦਾ ਹੋਵੇ ਬਾਕੀ ਜੇ ਕਿਸੇ ਕੋਲੇ ਇਹਦੇ ਬਾਰੇ ਜਾਣਕਾਰੀ ਹੋਵੇ ਤਾਂ ਸਾਨੂੰ ਜਰੂਰ ਦੱਸਿਓ ਫਿਰ ਦੋਸਤੋ ਪਿੰਡ ਦੇ ਗੁਰਦੁਆਰਾ ਸਾਹਿਬ ਕੋਲ ਆਹ ਇੱਕ ਭੋਲੇ ਨਾਚੀ ਦਾ ਮੰਦਿਰ ਵੀ ਬਹੁਤ ਸੋਹਣਾ ਬਣਾਇਆ ਹੋਇਆ ਇਹ ਮੰਦਿਰ ਵੀ ਕਹਿੰਦੇ ਬਹੁਤ ਪੁਰਾਣਾ ਇੱਥੇ ਵੀ ਬਹੁਤ ਲੋਕ ਆ ਕੇ ਮੱਥਾ ਟੇਕਦੇ ਨੇ ਫਿਰ ਦੋਸਤੋ ਤਲਵਣ ਪਿੰਡ ਦੇ ਵਿਚਾਲੇ ਜੇ ਆ ਵੀ ਕਿਸੇ ਮੁਸਲਮਾਨ ਪੀਰ ਜੀ ਦੀ ਜਗ੍ਹਾ ਬਣਾਈ ਹੋਈ ਆ ਤੇ ਤੁਸੀਂ ਆਹ ਆਪ ਦੇਖੋ ਇੱਥੇ ਨਿੱਕੀਆਂ ਇੱਟਾਂ ਦਾ ਗੋਮੰਟ ਟੇਢਾ ਜਿਹਾ ਪਿਆ ਇਹਦਾ ਮਤਲਬ ਇਹ ਆ ਕਿ ਇੱਥੇ ਪੁਰਾਣੇ ਸਮਿਆਂ ਚ ਕਿਸੇ ਪੀਰ ਫਕੀਰ ਦੀ ਇਹ ਵੱਡੀ ਦਰਗਾਹ ਹੋਣੀ ਆ ਫਿਰ ਕਿਸੇ ਕਾਰਨ ਕਰਕੇ ਉਹ ਡਿੱਗ ਪਈ ਹੋਣੀ ਆ ਤੇ ਉਹਦਾ ਡਿੱਗਿਆ ਹੋਇਆ ਇਹ ਗਵਰਨਮੈਂਟ ਉਵੇਂ ਹੀ ਟੇਡਾ ਖੜਾ ਇਸ ਜਗ੍ਹਾ ਦੇ ਨਾਮ ਬਾਰੇ ਤਾਂ ਸਾਨੂੰ ਪਤਾ ਨਹੀਂ ਲੱਗ ਸਕਿਆ ਪਰ ਦੇਖਣ ਤੋਂ ਇਹ ਹਿਸਾਬ ਜ਼ਰੂਰ ਲੱਗਦਾ ਕਿ ਇਹ ਵੀ ਪਿੰਡ ਦੀਆਂ ਪੁਰਾਣੀਆਂ ਨਿਸ਼ਾਨੀਆਂ ਚੋਂ ਹੀ ਇੱਕ ਆ ਫਿਰ ਦੋਸਤੋ ਆ ਤਲਵਣ ਪਿੰਡ ਦੀ ਟੈਲੀਫੋਨ ਐਕਸਚੇਂਜ ਆ ਕਹਿੰਦੇ BSNL ਵਾਲਿਆਂ ਦੀ ਆ ਇਹ ਤੇ ਆਹ ਹੈ ਜੀ ਮਿੰਨੀ PHC ਹਸਪੀਟਲ ਇਹਦਾ ਵੀ ਪਿੰਡ ਦੇ ਗਰੀਬ ਪਰਿਵਾਰਾਂ ਨੂੰ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਬਹੁਤ ਸੌਖਾ ਹਸਪਤਾਲ ਤਾਂ ਵੈਸੇ ਸਾਰੇ ਪਿੰਡਾਂ 'ਚ ਹੀ ਹੋਣੇ ਚਾਹੀਦੇ ਆ ਚਲੋ ਸਰਕਾਰਾਂ ਤੋਂ ਆਪਾਂ ਉਮੀਦ ਹੀ ਕਰ ਸਕਦੇ ਆ ਕਿ ਇੱਕ ਦਿਨ ਸਾਡੀਆਂ ਸਰਕਾਰਾਂ ਆ ਦੇ ਹਿੱਤ ਛੱਡ ਕੇ ਆਮ ਲੋਕਾਂ ਦੇ ਹਿੱਤ ਲਈ ਕੰਮ ਕਰਨਗੇ ਆ ਬਾਕੀ ਦੇਖਦੇ ਆ ਰਾਜੇ ਦੀ ਘੋੜੀ ਕਦੋਂ ਸੁੰਦੀ ਆ ਤੇ ਆਹ ਹੈ ਜੀ ਪਿੰਡ ਤਲਵਣ ਦਾ ਜੰਗ سپورٹس ਕਲੱਬ ਇੱਥੇ ਬਹੁਤ ਹੀ ਸ਼ਾਨਦਾਰ ਖੁੱਲੀਆਂ ਡੁੱਲੀਆਂ ਗਰਾਊਂਡਾਂ ਬਣਾਈਆਂ ਹੋਈਆਂ ਨੇ ਤੇ ਆਹ ਇਸ سپورٹس ਕਲੱਬ ਦੇ ਸਟੇਡੀਅਮ ਦੀ ਸਟੇਜ ਆ ਤੇ ਥੱਲੇ ਦਫ਼ਤਰ ਆ ਤੇ ਇਹਦੇ ਵਿੱਚ ਹੀ ਗੱਬਰੂਆਂ ਦੇ ਕਸਰਤ ਕਰਨ ਲਈ ਵਧੀਆ ਜਿੰਮ ਵੀ ਬਣਾਇਆ ਹੋਇਆ ਇਸ ਪਿੰਡ ਦੇ ਸਟੇਡੀਅਮ 'ਚ ਅਸੀਂ ਇੱਕ ਨਵੀਂ ਚੀਜ਼ ਦੇਖੀ ਆ ਇੱਥੇ ਫੌਜ ਜਾਂ ਫਿਰ ਪੁਲਿਸ 'ਚ ਭਰਤੀ ਹੋਣ ਤੋਂ ਪਹਿਲਾਂ ਟ੍ਰੇਨਿੰਗ ਕਰਨ ਲਈ ਬਹੁਤ ਹੀ ਚੀਜ਼ਾਂ ਬਣਾਈਆਂ ਹੋਈਆਂ ਨੇ ਆ ਤੁਸੀਂ ਦੇਖੋ ਰੱਸਾ ਚੜਨ ਲਈ ਬਣਾਇਆ ਹੋਇਆ ਆ ਟੋਆ ਲੰਬੀ ਛਾਲਮਾਰ ਨੂੰ ਪੁੱਟਿਆ ਹੋਇਆ ਫਿਰ ਆ ਕੰਦ ਚੜਨ ਲਈ ਬਣਾਈ ਹੋਈ ਆ ਇਹ ਵੀ ਮੈਨੂੰ ਗੱਲ ਵਧੀਆ ਲੱਗੀ ਕਿਉਂਕਿ ਜਦੋਂ ਇੱਕ ਵਾਰੀ ਮੈਂ ਫੌਜ ਚ ਭਰਤੀ ਹੋਣ ਗਿਆ ਸੀ ਉੱਥੇ ਜਾ ਕੇ ਹੀ ਪਤਾ ਲੱਗਿਆ ਸੀ ਅੱਛਾ ਆ ਕੁਝ ਵੀ ਕਰਨਾ ਪੈਂਦਾ ਕਿਉਂਕਿ ਸਾਨੂੰ ਪਿੰਡਾਂ ਵਾਲਿਆਂ ਨੂੰ ਬੜਾ ਨਹੀਂ ਪਤਾ ਹੁੰਦਾ ਫੌਜ ਤੇ ਪੁਲਿਸ ਚ ਭਰਤੀ ਹੋਣ ਵੇਲੇ ਕਿਦਾਂ-ਕਿਦਾਂ ਦੇ ਟੈਸਟ ਲੈਂਦੇ ਨੇ ਪਰ ਇਹ ਹਰੇਕ ਪਿੰਡ ਚ ਕਿਸੇ ਪੁਰਾਣੇ ਰਿਟਾਇਰ ਫੌਜੀ ਦੀ ਸਲਾਹ ਨਾਲ ਬਣਾਉਣੇ ਚਾਹੀਦੇ ਆ ਫਿਰ ਇੱਥੇ ਆਹ ਕਸਰਤ ਕਰਨ ਲਈ ਓਪਨ ਜਿਮਨੀਆ ਮਸ਼ੀਨਾਂ ਵੀ ਲਾਈਆਂ ਹੋਈਆਂ ਨੇ ਤੇ ਆਹ ਪਹਿਲਵਾਨਾਂ ਲਈ ਅਖਾੜਾ ਵੀ ਬਣਾਇਆ ਹੋਇਆ ਕੋਸ਼ਤੀ ਕਰਨ ਲਈ ਬਾਣਾ ਚ ਢੁਈਆਂ ਚਲਾਉਣ ਦੀ ਲੋੜ ਨਹੀਂ ਦੋਸਤੋ ਮੈਂ ਤੁਹਾਨੂੰ ਸੱਚ ਦੱਸਾਂ ਤਾਂ ਯੰਗ ਸਪੋਰਟਸ ਕਲੱਬ ਵਰਗਾ ਕਲੱਬ ਹਲੇ ਤੱਕ ਮੈਨੂੰ ਪਿਛਲੇ 60 ਪਿੰਡਾਂ 'ਚ ਤਾਂ ਨਹੀਂ ਦਿਸਿਆ ਇਹਦੇ ਲਈ ਇਸ ਕਲੱਬ ਨੂੰ ਤੇ ਇਸ ਪਿੰਡ ਦੀ ਪੰਚਾਇਤ ਨੂੰ ਅਸੀਂ ਵਧਾਈ ਦਿੰਨੇ ਆ ਸੱਚੀ ਨੇ ਦਿਲ ਜਿੱਤ ਲਿਆ ਇੱਥੋਂ ਪਤਾ ਲੱਗਦਾ ਕਿ ਇਹ ਪੜ੍ਹੇ ਲਿਖੇ ਲੋਕਾਂ ਦਾ ਪਿੰਡ ਆ ਪੜ੍ਹੇ ਲਿਖੇ ਤੋਂ ਜ਼ਿਆਦਾ ਆ ਆਪਾਂ ਹਲੇ ਤੱਕ ਤੁਹਾਨੂੰ ਪਿੰਡ ਦੇ ਸਕੂਲ ਤਾਂ ਦਿਖਾਈ ਨਹੀਂ ਚਲੋ ਫਿਰ ਦਿਖਾ ਦਿੰਨੇ ਆ ਆਹ ਹੈ ਤਲਵਣ ਪਿੰਡ ਦੇ ਮੁੰਡਿਆਂ ਲਈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਇਸ ਸਕੂਲ ਦੀ ਬਿਲਡਿੰਗ ਵੀ ਵਧੀਆ ਬਣਾਈ ਹੋਈ ਆ ਤੇ ਇਵੇਂ ਆ ਪਿੰਡ ਦੀਆਂ ਕੁੜੀਆਂ ਲਈ ਵੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਲੱਗ ਤੋਂ ਬਣਾਇਆ ਹੋਇਆ ਤੇ ਆਹ ਹੈ ਜੀ ਤਲਵਣ ਪਿੰਡ ਦਾ ਸਰਕਾਰੀ ਕੰਨਿਆ ਹਾਈ ਸਕੂਲ ਜਾਨੀ ਇਹ ਕੁੜੀਆਂ ਵਾਸਤੇ ਆ ਪਰ ਇਹ ਸਕੂਲ ਦੇਖਣ ਨੂੰ ਕਿਸੇ ਪ੍ਰਾਈਵੇਟ ਸਕੂਲ ਤੋਂ ਘੱਟ ਨਹੀਂ ਲੱਗਦਾ ਬਹੁਤ ਹੀ ਵਧੀਆ ਬਣਾਇਆ ਹੋਇਆ ਤੇ ਇਸ ਸਕੂਲ ਦੇ ਦਰਵਾਜ਼ੇ ਤੇ 8ਵੀਂ ਜਮਾਤ ਚੋਂ ਵਧੀਆ ਨੰਬਰ ਲੈਣ ਵਾਲੀਆਂ ਬੱਚੀਆਂ ਪ੍ਰਭ ਨੂਰ, ਸਭ ਨੂਰ ਤੇ ਕੰਚਨ ਦੀਆਂ ਫੋਟੋਆਂ ਦੇ ਨਾਲ-ਨਾਲ ਸਕੂਲ ਦੇ ਇੰਚਾਰਜ ਇੰਦਰਜੀਤ ਜੀ ਦੀ ਵੀ ਫੋਟੋ ਲੱਗੀ ਹੋਈ ਆ। ਮੈਨੂੰ ਸਕੂਲ ਦੇ ਇੰਚਾਰਜ ਸਾਹਿਬ ਦੀ ਇਹ ਗੱਲ ਬਹੁਤ ਵਧੀਆ ਲੱਗੀ। ਇਹਦੇ ਨਾਲ ਬਾਕੀ ਬੱਚਿਆਂ ਨੂੰ ਵੀ ਮੁਕਾਬਲੇ ਦਾ ਅਹਿਸਾਸ ਹੁੰਦਾ ਕਿ ਅਗਲੇ ਸਾਲ ਅਸੀਂ ਵੀ ਮਿਹਨਤ ਕਰਕੇ ਸਕੂਲ ਦੇ ਬਾਹਰਲੇ ਦਰਵਾਜ਼ੇ ਤੇ ਆਪਦੀ ਫੋਟੋ ਲਵਾਉਣੀ ਆ। ਨਾਲੇ ਇਹ ਫੋਟੋਆਂ ਉਹਨਾਂ ਮਾਪਿਆਂ ਨੂੰ ਵੀ ਅੱਖਾਂ ਖੜਦੀਆਂ ਜਿਹੜੇ ਕਹਿੰਦੇ ਆ ਸਰਕਾਰੀ ਸਕੂਲਾਂ 'ਚ ਤਾਂ ਪੜਾਈ ਹੋਈ ਨਹੀਂ। ਵਧੀਆ ਹੁੰਦੀ ਇਹਨਾਂ ਫੋਟੋਆਂ ਨੂੰ ਦੇਖੋ ਤੇ ਸਮਝੋ ਇੱਥੇ ਪੜ੍ਹਾਈ ਵੀ ਵਧੀਆ ਮਾਸਟਰ ਵੀ ਵਧੀਆ ਉੱਤੋਂ ਬਿਲਕੁਲ ਮੁਫਤ ਬਾਕੀ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਝੋਲੇ ਪਰ ਪਰ ਕੇ ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਦੇਣੇ ਆ ਅਸੀਂ ਇਸ ਸਕੂਲ ਦੇ ਇੰਚਾਰਜ ਇੰਦਰਜੀਤ ਨੂੰ ਤੇ ਪੂਰੇ ਅਧਿਆਪਕ ਸਹਿਬਾਨਾਂ ਨੂੰ ਸ਼ਾਬਾਸ਼ੇ ਦਿੰਨੇ ਆ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਪਿੰਡ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰ ਇਹ ਸਕੂਲ ਕੱਲੇ ਮੁੰਡਿਆਂ ਦਾ ਹੀ ਆ ਮੈਨੂੰ ਇਹ ਗੱਲ ਸਮਝ ਨਹੀਂ ਆਈ ਕਿ ਪਿੰਡ ਦੀਆਂ ਕੁੜੀਆਂ 10ਵੀਂ ਪੜ੍ਹ ਕੇ ਕਿਤੇ ਹੋਰ ਪੜਨ ਜਾਂਦੀਆਂ ਨੇ ਤੇ ਮੁੰਡੇ 12ਵੀਂ ਤੱਕ ਪਿੰਡ ਦੇ ਸਕੂਲ 'ਚ ਹੀ ਪੜਦੇ ਆ ਹੁਣਾਂ ਤਾਂ ਇਹਦੇ ਉਲਟਾ ਚਾਹੀਦਾ ਮੁੰਡੇ ਭਾਵੇਂ ਨਾਲ ਦੇ ਪਿੰਡਾਂ ਜਾ ਕੇ ਪੜ ਲੈਣ ਕੁੜੀਆਂ ਨੂੰ ਨਾਲ ਦੇ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਭੇਜਣ ਨੂੰ ਮਾਪਿਓ ਡਰਦੇ ਨੇ ਇਸ ਲਈ ਜੇ ਪਿੰਡ 'ਚ ਹੀ ਕੁੜੀਆਂ ਲਈ 12ਵੀਂ ਤੱਕ ਦੀ ਪੜ੍ਹਾਈ ਹੋਵੇ ਤਾਂ ਵਧੀਆ ਜਾਂ ਫਿਰ ਮੁੰਡੇ ਤੇ ਕੁੜੀਆਂ ਨੂੰ 11ਵੀਂ ਤੇ 12ਵੀਂ 'ਚ ਇਕੱਠਿਆਂ ਨੂੰ ਹੀ ਪੜਾ ਦੇਣ ਜਾਨੀ ਆਪਾਂ ਨੂੰ ਵਿਚਾਰੀਆਂ ਕੁੜੀਆਂ ਵਾਸਤੇ ਸੋਚਣਾ ਚਾਹੀਦਾ ਬਾਕੀ ਤੁਸੀਂ ਆਪ ਹੀ ਜਾਣਿਓ ਫਿਰ ਦੋਸਤੋ ਤਲਵਣ ਪਿੰਡ 'ਚ ਨੌਂ ਅੰਗਣਵਾੜੀ ਸੈਂਟਰ ਨੇ ਜਿੰਨਾਂ 'ਚੋਂ ਇੱਕ ਤਾਂ ਆਹ ਬਾਬਾ ਨਿਮਲੇ ਦੀ ਜਗ੍ਹਾ ਦੇ ਓਰੀਆ ਇੱਥੇ ਦੋਸਤੋ ਮੈਂ ਤੁਹਾਨੂੰ ਦੱਸ ਦਿੰਦਾ ਕਿ ਤਲਵਣ ਪਿੰਡ 'ਚ ਕਈ ਪ੍ਰਾਈਵੇਟ ਸਕੂਲ ਵੀ ਨੇ ਅਸੀਂ ਇੱਕ ਸਕੂਲ ਨਾਲ ਸੰਪਰਕ ਵੀ ਕੀਤਾ ਸੀ ਉਹ ਕਹਿੰਦੇ ਜੀ ਸਾਨੂੰ ਇਜਾਜ਼ਤ ਨਹੀਂ ਵੀਡੀਓ ਬਣਾਉਣ ਦੀ ਇਸ ਲਈ ਕਿਰਪਾ ਕਰਕੇ ਸਾਡੇ ਸਕੂਲ ਦੀ ਵੀਡੀਓ ਨਾ ਬਣਾਇਓ ਇਸੇ ਕਰਕੇ ਫਿਰ ਅਸੀਂ ਪਿੰਡ ਦੇ ਸਾਰੇ ਪ੍ਰਾਈਵੇਟ ਸਕੂਲ ਰਹਿਣ ਤੇ ਬਾਕੀ ਜੇ ਕਿਸੇ ਸਕੂਲ ਨੂੰ ਲੱਗਦਾ ਕਿ ਸਾਡਾ ਸਕੂਲ ਵੀ ਤਲਵਣ ਪਿੰਡ ਦੀ ਡਾਕੂਮੈਂਟਰੀ 'ਚ ਹੋਣਾ ਚਾਹੀਦਾ ਤਾਂ ਤੁਸੀਂ ਸੁਖਦੀਪ ਸਿੰਘ ਲੀਹਾਂ ਵਾਲੇ ਵੀਰ ਨਾਲ ਆਹ ਫੋਨ ਤੇ ਸੰਪਰਕ ਕਰ ਸਕਦੇ ਹੋ ਚਲੋ ਹੁਣ ਆਪਾਂ ਤੁਹਾਨੂੰ ਪਿੰਡ ਦੀ ਪਾਰਲੀਮੈਂਟ ਦਿਖਾ ਦਿੰਨੇ ਆ ਹਾਂਜੀ ਬਾਈ ਸਰਜੀਤ ਕੁਮਾਰ ਜੀ ਦੀ ਸਾਈਕਲਾਂ ਨੂੰ ਪੈਂਚਰ ਲਾਉਣ ਦੀ ਦੁਕਾਨ ਪੈਂਚਰਾਂ ਦੀ ਦੁਕਾਨ ਨੂੰ ਪਾਰਲੀਮੈਂਟ ਮੈਂ ਤਾਂ ਕਿਹਾ ਕਿਉਂਕਿ ਆਪਣੇ ਪਿੰਡਾਂ 'ਚ ਪੈਂਚਰਾਂ ਦੀ ਦੁਕਾਨ ਤੇ ਜਿਹੜੀਆਂ ਸਿਆਸਤ ਦੀਆਂ ਤੇ ਖਬਰਾਂ ਦੀ ਚੀਰ-ਫਾੜ ਕਰਨ ਲਈ ਮੀਟਿੰਗਾਂ ਹੁੰਦੀਆਂ ਇਹਦਾ ਸਾਨੂੰ ਤਾਂ ਨਜ਼ਾਰਾ ਆਉਂਦਾ ਪਰ ਵਿਚਾਰਾ ਦੁਕਾਨਵਾਲਾ ਉਹਨਾਂ ਤੋਂ ਬਹੁਤ ਤੰਗ ਰਹਿੰਦਾ ਪਰ ਕੀ ਕਰੀਏ ਵੀਰ ਆਪਣੇ ਪਿੰਡਾਂ ਦਾ ਇਹੀ ਤਾਂ ਸੱਭਿਆਚਾਰ ਆ ਤੇ ਪਿਆਰ ਆ ਇਸੇ ਕਰਕੇ ਹੀ ਪੈਂਚਰਾਂ ਦੀ ਦੁਕਾਨ ਨੂੰ ਕਈ ਪਾਰਲੀਮੈਂਟ ਵੀ ਕਹਿ ਦਿੰਦੇ ਨੇ ਫਿਰ ਦੋਸਤੋ ਆਇਆ ਹੈ ਜੀ ਤਲਵੰਡਾ ਨਿਕਾ ਸਵੀਟ ਸ਼ਾਪ ਇਸ ਦੁਕਾਨ ਤੇ ਵੀ ਬਹੁਤ ਵਧੀਆ ਮਠਿਆਈਆਂ ਹੁੰਦੀਆਂ ਨੇ ਬਾਕੀ ਨਿਕਾ ਵੀਰ ਆਪ ਵੀ ਬਹੁਤ ਵਧੀਆ ਬੰਦੇ ਨੇ ਫਿਰ ਦੋਸਤੋ ਪਿੰਡ ਦੇ ਸ਼ਮਸ਼ਾਨ ਘਾੜ ਨੂੰ ਜਾਣ ਵਾਲੇ ਰਾਹ ਤੇ ਆ ਵੀ ਕਿਸੇ ਪੀਰ ਫਕੀਰ ਦੀ ਦਰਗਾਹ ਬਣਾਈ ਹੋਈ ਆ ਇਸ ਜਗ੍ਹਾ ਦਾ ਨਾਮ ਤਾਂ ਸਾਨੂੰ ਪਤਾ ਲੱਗ ਨਹੀਂ ਸਕਿਆ ਜੇ ਕੋਈ ਜਾਣਦਾ ਹੋਵੇ ਤਾਂ ਸਾਡੇ ਗਿਆਨ ਚ ਵਾਧਾ ਜ਼ਰੂਰ ਕਰਿਓ ਪਰ ਹੈ ਇਹ ਬਹੁਤ ਪੁਰਾਣੀ ਜਗ੍ਹਾ ਹੁਣ ਆਪਾਂ ਸ਼ਮਸ਼ਾਨ ਘਾੜ ਦੀ ਗੱਲ ਕੀਤੀ ਹੋਈ ਆ ਤਾਂ ਤੁਹਾਨੂੰ ਪਿੰਡ ਤਲਵੰਡਾ ਦੇ ਸ਼ਮਸ਼ਾਨ ਘਾੜ ਵੀ ਦਿਖਾਈ ਦਿੰਨੇ ਆ ਸਭ ਤੋਂ ਪਹਿਲੇ ਸ਼ਾਨ ਘਾਟ ਆਹਨੇ ਇਹ ਫਲੋਰ ਨੂੰ ਜਾਣ ਵਾਲੀ ਸੜਕ ਤੇ ਨੇ ਫਿਰ ਆਨੇ ਪਿੰਡ ਦੇ ਦੂਜੇ ਸ਼ਮਸ਼ਾਨ ਘਾਟ ਇਹ ਬੁਰਜਸਨ ਪਿੰਡ ਨੂੰ ਜਾਣ ਵਾਲੀ ਸੜਕ ਤੇ ਬਣਾਏ ਹੋਏ ਨੇ ਤੇ ਇਹ ਸ਼ਮਸ਼ਾਨ ਘਾਟ ਬਣਾਏ ਵੀ ਵਧੀਆ ਹੋਏ ਨੇ ਤੇ ਥਾਂ ਵੀ ਬਹੁਤ ਖੁੱਲਾ ਡੁੱਲਾ ਫਿਰ ਦੋਸਤੋ ਆਨੇ ਪਿੰਡ ਦੇ ਤੀਜੇ ਸ਼ਮਸ਼ਾਨ ਘਾਟ ਇੱਥੇ ਥਾਂ ਤਾਂ ਬਾਵਾ ਹੈਗਾ ਪਰ ਸਫਾਈ ਕਰਨ ਵਾਲੀ ਯਾ ਤੇ ਬੈਠਣ ਉੱਠਣ ਨੂੰ ਵੀ ਕੋਈ ਬਰਾਂਡਾ ਵਗੈਰਾ ਹੋਣਾ ਚਾਹੀਦਾ ਫਿਰ ਆ ਆਗੇ ਪਿੰਡ ਚ ਚੌਥੇ ਸ਼ਮਸ਼ਾਨ ਘਾਟ ਤੇ ਇਹਦੇ ਗੇਟ ਦੀ ਸੇਵਾ ਕਰਾਈ ਆ ਰਾਮਪਾਲ ਪਟੋਆ ਜੀ ਤੇ ਦਰਸ਼ਨ ਰਾਮ ਪਟੋਆ ਜੀ ਨੇ ਨਮਾਰਾਮ ਗੱਡੂ ਜੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਫਿਰ ਆ ਵੀ ਕਬਰਾਂ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿਚੀ ਬਣੀਆਂ ਹੋਈਆਂ ਨੇ ਪਰ ਦੇਖਣ ਤੋਂ ਇਹ ਕਾਫੀ ਪੁਰਾਣੀਆਂ ਲੱਗਦੀਆਂ ਨੇ ਰੱਬ ਇਹਨਾਂ ਨੂੰ ਆਪਦੇ ਚਰਨਾਂ ਚ ਨਿਵਾਸ ਦੇਵੇ ਤੇ ਆਹ ਹੈ ਜੀ ਪਿੰਡ ਦੀ ਖੇਡ ਗਰਾਊਂਡ ਕੋਲ ਪਾਣੀ ਵਾਲਾ ਟੋਬਾ ਇਹਨੂੰ ਅੱਜਕੱਲ ਤਾਂ ਕਈ ਛੱਪੜ ਵੀ ਕਹਿ ਦਿੰਦੇ ਆ ਤੇ ਆਹ ਹੈ ਜੀ ਪਿੰਡ ਦਾ ਦੂਜਾ ਟੋਬਾ ਹਰੇ ਵਾਈ ਤੋਂ ਕਿਤੇ ਇਹਨੂੰ ਪਾਰਕ ਹੀ ਨਾ ਸਮਝ ਲਿਓ ਇਹ ਤਾਂ ਪਾਣੀ ਦੇ ਉੱਤੇ ਹਰੀ-ਹਰੀ ਜੀ ਜਲਬ ਆ ਜਾਂਦੀ ਆ ਹੈ ਇਹ ਟੋਬਾ ਹੀ ਤੇ ਆਹ ਹੈ ਪਿੰਡ ਦਾ ਤੀਜਾ ਟੋਬਾ ਇਹਨਾਂ ਟੋਬਿਆਂ ਦਾ ਵੀ ਖੇਤੀਬਾੜੀ ਵਾਲੀਆਂ ਜ਼ਮੀਨਾਂ ਨੂੰ ਬਹੁਤ ਸੌਖਾ ਇਹਨਾਂ ਚੋਂ ਪਾਣੀ ਹੌਲੀ-ਹੌਲੀ ਰਿਸ-ਰਿਸ ਕੇ ਧਰਤੀ ਦੇ ਹੇਠਲੇ ਪਾਣੀ ਦੇ ਪੱਧਰ ਨੂੰ ਠੀਕ ਰੱਖਦਾ ਇਸ ਲਈ ਟੋਬਿਆਂ 'ਚ ਭਰਤ ਨਾ ਪਾਇਆ ਕਰੋ ਫਿਰ ਦੋਸਤੋ ਆ ਹੈ ਜੀ ਫਰੈਸ਼ ਲੁੱਕ ਬਾਰਬਰ ਜਾਨੀ ਵਾਲ ਕੱਟਣ ਦੀ ਦੁਕਾਨ ਇੱਥੇ ਬਾਈ ਕਰਨਦੀਪ ਜੀ ਹੁੰਦੇ ਨੇ ਫਿਰ ਆ ਹੈ ਜੀ ਪਿੰਡ ਦਾ ਸਭ ਤੋਂ ਮਸ਼ਹੂਰ ਕਰਿਆਨਾ ਸਟੋਰ ਇਹਨੂੰ ਗਰਜੀਤ ਕਰਿਆਨਾ ਸਟੋਰ ਵੀ ਕਹਿ ਦਿੰਦੇ ਆ ਤੇ ਇਹ ਪਿੰਡ ਦੇ ਮਹਤਵਪੂਰਣ ਵਾਲੇ ਚੌਂਕ 'ਚ ਆ ਇਸ ਦੁਕਾਨ ਦੇ ਮਸ਼ਹੂਰ ਹੋਣ ਦੇ ਮੈਨੂੰ ਤਿੰਨ ਕਾਰਨ ਨਜ਼ਰ ਆਏ ਨੇ ਇੱਕ ਤਾਂ ਇਹਨਾਂ ਕੋਲੋਂ ਤਕਰੀਬਨ ਸਾਰਾ ਹੀ ਕਰਿਆਨੇ ਦਾ ਸਾਮਾਨ ਮਿਲ ਜਾਂਦਾ ਦੂਜਾ ਇਹ ਬਾਲਾ ਮਹਿੰਗਾ ਨਹੀਂ ਵੇਚਦੇ ਤੀਜਾ ਗਰਜੀਤ ਬਾਈ ਜੀ ਦੀ ਬੋਲਵਾਨੀ ਧਰਮਨਾ ਬੰਦਾ ਭਾਵੇਂ ਉਹੀ ਰਾਹ ਪੁੱਛਣ ਨੂੰ ਆ ਜਵੇ ਇਨਾਂ ਕੋਲ ਇੰਨਾ ਪਿਆਰ ਨਾਲ ਬੋਲਦੇ ਆ ਕਿ ਅਗਲਾ ਕਹਿੰਦਾ ਯਾਰ ਬੰਦਾ ਬਹੁਤ ਵਧੀਆ ਬਾਈ ਚੱਲੇ ਹੋਂ ਕਰਦੇ ਆ ਦੀ ਬੋਣੀ ਕਰਾ ਗਈ ਗਾਂ ਚੱਲਦੇ ਆ ਜਾਨੀ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਕਈਆਂ ਦੀ ਮਿੱਠੀ ਬੋਲੀ ਜਾਨ ਕੱਢ ਲੈਂਦੀ ਆ ਤੇ ਬਾਈ ਗਰਜੀਤ ਦੀ ਮਿੱਠੀ ਬੋਲੀ ਜੇਬਾਂ ਚੋਂ ਭਾਨ ਕੱਢ ਲੈਂਦੀ ਆ ਤੇ ਇਹਨਾਂ ਨਾਲ ਆ ਬਲਵਿੰਦਰ ਵੀਰ ਵੀ ਕੰਮ ਕਰਦਾ ਇਹ ਵੀ ਮੁੰਡਾ ਸਹੀ ਉਸਤਾਦ ਤੋਂ ਟ੍ਰੇਨਿੰਗ ਲੈ ਰਿਹਾ ਵਧੀਆ ਰਹੂਗਾ ਸਿਆਣੇ ਕਹਿੰਦੇ ਹੁੰਦੇ ਆ ਨਾ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਤੇ ਬਲਵਿੰਦਰ ਤਾਂ ਰੋਜ਼ ਦੇਖਦਾ ਹੀ ਗਰਜੀਤ ਵਾਈ ਵਰਗਾ ਵਧੀਆ ਮਿੱਠਾ ਖਰਬੂਜਾ ਇੱਕ ਦਿਨ ਇਹ ਵੀ ਕੰਮ ਜਾਓ ਹੋਊਗਾ ਜਿਉਂਦੇ ਰਹੋ ਜੀ ਫਿਰ ਦੋਸਤੋ ਆਹ ਹੈ ਤਲਵੰਡ ਪਿੰਡ ਚ ਪੰਜ ਪੀਰਾਂ ਦਾ ਦਰਬਾਰ ਇਹ ਵੀ ਬਹੁਤ ਸੋਹਣਾ ਬਣਾਇਆ ਹੋਇਆ ਇੱਥੇ ਵੀ ਬਹੁਤ ਲੋਕੀ ਮੱਥਾ ਟੇਕਣ ਆਉਂਦੇ ਨੇ ਫਿਰ ਆਹ ਹੈ ਜੀ ਬਾਬਾ ਬਾਲਮੀਕ ਜੀ ਦਾ ਮੰਦਿਰ ਇਹ ਮੰਦਿਰ ਵੀ ਵਧੀਆ ਖੁੱਲੀ ਥਾਂ 'ਚ ਬਣਾਇਆ ਹੋਇਆ ਤੇ ਇੱਥੇ ਵੀ ਕਈ ਪਰਿਵਾਰ ਆ ਕੇ ਬਾਬਾ ਬਾਲਮੀਕ ਜੀ ਨੂੰ ਮੱਥਾ ਟੇਕਦੇ ਨੇ। ਦੋਸਤੋ ਕਈ ਮੇਰੇ ਵਰਗੇ ਸੋਚਦੇ ਹੋਣਗੇ ਕਿ ਪਿੰਡ 'ਚ ਬਹੁਤ ਮੰਦਿਰ ਨੇ, ਬਹੁਤ ਗੁਰਦੁਆਰੇ ਨੇ, ਬਹੁਤ ਮੁਸਲਮਾਨ ਪੀਰਾਂ ਦੀਆਂ ਦਰਗਾਹਾਂ ਨੇ। ਦੋਸਤੋ ਅਸਲ 'ਚ ਇਹ ਪਿੰਡ ਬਹੁਤ ਪੁਰਾਣਾ ਹੋਣ ਕਰਕੇ ਆ ਪਹਿਲਾਂ ਇਹ ਪਿੰਡ ਹਿੰਦੂ ਆਰੀਅਨਜ਼ ਨੇ ਵਸਾਇਆ ਸੀ ਤਾਂ ਕਰਕੇ ਇੱਥੇ ਮੰਦਿਰ ਜਾਦੇ ਨੇ। ਫਿਰ ਮੁਗਲਾਂ ਦੇ ਰਾਜ ਵੇਲੇ ਇੱਥੇ ਬਹੁਤ ਮੁਸਲਮਾਨ ਵੱਸ ਗਏ ਸੀ। ਇਸੇ ਕਰਕੇ ਇੱਥੇ ਮੁਸਲਮਾਨ ਪੀਰਾਂ ਦੀਆਂ ਦਰਗਾਹਾਂ ਹਾਂ ਜਿਆਦੇ ਨੇ ਤੇ ਹੁਣ ਸਿੱਖ ਬਹੁਤ ਰਹਿੰਦੇ ਆ ਇਸੇ ਕਰਕੇ ਹੁਣ ਪਿੰਡ ਚ ਗੁਰਦੁਆਰੇ ਬਹੁਤ ਜਿਆਦੇ ਨੇ ਪਰ ਤਲਵਣ ਪਿੰਡ ਦੀ ਇੱਕ ਗੱਲ ਬਹੁਤ ਵਧੀਆ ਕਿਸੇ ਨੇ ਵੀ ਆਪਦੇ ਧਰਮ ਦੀ ਜਗਾ ਬਣਾਉਣ ਲਈ ਦੂਜੇ ਧਰਮ ਦੀ ਜਗਾ ਤੋੜੀ ਨਹੀਂ ਸਵਾ ਉਹਨਾਂ ਦੀ ਬੜੀਆ ਸਾਂਭ ਸੰਭਾਲ ਕੀਤੀ ਜਾ ਰਹੀ ਆ ਇਹਦਾ ਮਤਲਬ ਇਹੀ ਆ ਕਿ ਪਿੰਡ ਚ ਹਿੰਦੂ ਵੀਰਾਂ ਦਾ ਸਿੱਖ ਵੀਰਾਂ ਦਾ ਤੇ ਮੁਸਲਮਾਨ ਵੀਰਾਂ ਦਾ ਆਪਸ ਵਿੱਚ ਬਹੁਤ ਪਿਆਰ ਤੇ ਏਕਾ ਤੇ ਅਸੀਂ ਵੀ ਰੱਬ ਅਗੇ ਅਰਦਾਸ ਕਰਦੇ ਆ ਕਿ ਤੁਹਾਡਾ ਏਕਾ ਸਦਾ ਹੀ ਇਦਾਂ ਹੀ ਬਣਾਈ ਰੱਖੇ ਦੋਸਤੋ ਪਿੰਡ ਦੀਆਂ ਕਈ ਦੁਕਾਨਾਂ ਅਸੀਂ ਤੁਹਾਨੂੰ ਤਾਂ ਨਹੀਂ ਦਿਖਾ ਸਕੇ ਕਿਉਂਕਿ ਕਈ ਦੁਕਾਨਾਂ ਵਾਲੇ ਨੇ ਸਾਨੂੰ ਵੀਡੀਓ ਬਣਾਉਣ ਤੋਂ ਮਨਾ ਕਰ ਦਿੱਤਾ ਤਾਂ ਜੀ ਸ਼ਾਇਦ ਉਹਨਾਂ ਨੂੰ ਇਸ ਪ੍ਰੋਗਰਾਮ ਦੀ ਮਹੱਤਤਾ ਦਾ ਨਾ ਹੀ ਪਤਾ ਹੋਵੇ ਕਿ ਇਹ ਤਲਵਣਪਿੰਡ ਦੀ ਡਾਕੂਮੈਂਟਰੀ ਆ ਇਹਦੇ ਜੋ ਕੁਝ ਆ ਗਿਆ ਉਹ ਸਦਾ ਲਈ YouTube ਤੇ ਚੜ ਗਿਆ ਹੁਣ ਜੇ ਕੋਈ 100 ਸਾਲ ਬਾਅਦ ਜਾਂ 200 ਸਾਲ ਬਾਅਦ ਤਲਵਣਪਿੰਡ ਬਾਰੇ ਜਾਣਨ ਲਈ ਇਹ ਵੀਡੀਓ ਦੇਖੂ ਉਹ ਉਹੀ ਦੇਖੂ ਜੋ ਇਹਦੇ ਵਿੱਚ ਹੈਗਾ ਯਾਨੀ ਇਸ ਪ੍ਰੋਗਰਾਮ ਦੀ ਮਹੱਤਤਾ ਨੂੰ ਸਮਝਿਆ ਕਰੋ ਤੇ ਸਾਡਾ ਸਾਥ ਦਿਆ ਕਰੋ ਅਸੀਂ ਅਖੀਰ ਚ ਇੱਕ ਵਾਰ ਫੇਰ ਬਾਈ ਦਲਜੀਤ ਸਿੰਘ ਜੀ ਦੇ ਤੇ ਬਾਈ ਰਮਨਦੀਪ ਸਿੰਘ ਜੀ ਦੇ ਬਹੁਤ ਧੰਨਵਾਦੀ ਆ ਇਹਨਾਂ ਵੀਰਾਂ ਨੇ ਬਹੁਤ ਸਾਥ ਦਿੱਤਾ ਜਾਂ ਸਮਝ ਲਓ ਕਿ ਜਿੰਨਾ ਵੀ ਪਿੰਡ ਦਿਖਾ ਸਕਿਆ ਇਹਨਾਂ ਵੀਰਾਂ ਕਰਕੇ ਹੀ ਸੰਭਵ ਹੋ ਸਕਿਆ ਬਾਕੀ ਕਿਹਾ ਸੁਣਿਆ ਮaaf ਕਰਦੇ ਹੋ ਜੇ ਕਿਸੇ ਦਾ ਨਾਮ ਗਲਤ ਬੋਲਿਆ ਗਿਆ ਹੋਵੇ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਦਿਓ ਆਪਾਂ ਅਗਲੇ ਸ਼ੁੱਕਰਵਾਰ ਨੂੰ ਤਲਵਣ ਪਿੰਡ ਦੇ ਚੌਥੇ ਭਾਗ ਵਿੱਚ ਠੀਕ ਕਰਕੇ ਦੱਸ ਦੇਵਾਂਗੇ ਤੇ ਕੱਲ ਨੂੰ ਸਲੇਮਪੁਰਾ ਪਿੰਡ ਦਾ ਤੀਜਾ ਭਾਗ ਵੀ ਜਰੂਰ ਦੇਖਿਓ ਸਾਰਿਆਂ ਨੂੰ ਸਸਰੀਕਾਲ ਪਾਕਿਸਤਾਨੀ ਵੀਰਾਂ ਨੂੰ ਖੁਦਾ ਹਾਫਿਜ਼ ਜਿਉਂਦੇ ਵਸਦੇ ਰਹੋ ਤੇ ਰੱਬ ਰੱਖਾ ਦੋਸਤੋ